ਤੁਸੀਂ ਬਹੁਤ ਸਾਰੀਆਂ ਫਿਲਮਾਂ 'ਚ ਦੇਖਿਆ ਹੋਊਗਾ ਕਿ ਅਸਮਾਨ 'ਚ ਉੱਡਦੇ ਜਹਾਜ਼ ਦੀ ਛੱਤ ਟੁੱਟ ਜਾਂਦੀ ਹੈ ਜਾਂ ਪਲੇਨ 'ਚ ਬਲਾਸਟ ਹੋ ਜਾਂਦਾ ਹੈ ਤਾਂ ਲੱਕੀਲੀ ਅਸਲ ਦੁਨੀਆ 'ਚ ਅਜਿਹਾ ਘੱਟ ਹੀ ਹੁੰਦਾ। ਪਰ ਇੱਕ ਵਾਰ ਅਜਿਹਾ ਇੱਕ ਹਾਦਸਾ ਅਸਲ ਜ਼ਿੰਦਗੀ 'ਚ ਹੋ ਗਿਆ। ਅਜਿਹਾ ਸੀਨ ਹੋਣ ਤੋਂ ਬਾਅਦ ਪਾਇਲਟ ਨੇ ਪਲੇਨ ਨੂੰ ਸੇਫ ਲੈਂਡ ਵੀ ਕਰਾ ਲਿਆ ਅਤੇ ਸਿਰਫ ਇੱਕ ਨੂੰ ਛੱਡ ਕੇ ਬਾਕੀ ਸਾਰਿਆਂ ਦੀ ਜਾਨ ਬਚ ਗਈ। ਘਟਨਾ ਹੈ April 28, 1988 ਦੀ। ਦੁਪਹਿਰ 1:25 ਤੇ ਬੋਰਿੰਗ 737 ਨਾਮ ਦਾ ਇੱਕ ਜਹਾਜ਼ ਹਾਈਲੋ ਇੰਟਰਨੈਸ਼ਨਲ ਏਅਰਪੋਰਟ ਤੋਂ ਹੋਨੋਲੁਲੂ ਤੱਕ ਜਾਣ ਲਈ ਉੱਡਿਆ। ਜਹਾਜ਼ 'ਚ ਕੁੱਲ 95 ਲੋਕ ਸੀ। ਟੇਕ ਆਫ ਤੋਂ ਬਾਅਦ ਪਲੇਨ ਨੋਰਮਲੀ 24,000 ਫੁੱਟ ਲੈਟੀਟਿਊਡ 'ਤੇ ਚਲਾ ਗਿਆ, ਜਿਵੇਂ ਉਹ ਹਮੇਸ਼ਾ ਉੱਡਦਾ ਹੈ 24,000 ਫੁੱਟ 'ਤੇ। ਉੱਥੇ ਜਾਣ ਤੋਂ ਬਾਅਦ ਸਭ ਕੁਛ ਸਟੇਬਲ ਸੀ, ਸਾਰਾ ਕੁਛ ਨੋਰਮਲ ਦਿਖ ਰਿਹਾ ਸੀ। ਯਾਤਰੀਆਂ ਨੂੰ ਅੰਦਾਜ਼ਾ ਹੀ ਨਹੀਂ ਸੀ ਕਿ ਹੋਣ ਵਾਲਾ। 1:48 'ਤੇ ਅਚਾਨਕ ਮਿਸਟੀਰੀਅਸ ਤਰੀਕੇ ਨਾਲ ਪਲੇਨ ਦੀ ਛੱਤ ਉੱਡ ਗਈ। 18.5 ਫੁੱਟ ਛੱਤ ਟੁੱਟ ਕੇ ਹਵਾ 'ਚ ਉੱਡ ਗਈ। ਜਦੋਂ ਪਾਇਲਟ ਨੇ ਕੋਕਪਿਟ ਦਾ ਗੇਟ ਖੋਲ੍ਹ ਕੇ ਪਿੱਛੇ ਦੇਖਿਆ ਤਾਂ ਉਹਨੂੰ ਉੱਪਰ ਨੀਲਾ ਸਮਾਨ ਦਿਸਣ ਲੱਗ ਗਿਆ। ਇਸ ਤੋਂ ਬਾਅਦ ਜਹਾਜ਼ ਸੱਜੇ ਖੱਬੇ ਰੋਲ ਹੋਣ ਲੱਗ ਗਿਆ ਅਤੇ ਥੱਲੇ ਡਿੱਗਣ ਲੱਗ ਗਿਆ। ਦੋਨੋਂ ਪਾਇਲਟ ਸਭ ਤੋਂ ਨੇੜਲੇ ਏਅਰਪੋਰਟ ਜਿੱਥੇ ਉਹ ਲੈਂਡ ਕਰਵਾ ਸਕਣ ਉਹਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਵਿੱਚ ਲੱਗ ਗਏ, ਪਰ ਕੁਝ ਖਰਾਬੀ ਕਰਕੇ ਸਿਗਨਲ ਜਾ ਨਹੀਂ ਰਿਹਾ ਸੀ। ਜਦੋਂ ਜਹਾਜ਼ 24,000 ਫੁੱਟ ਤੋਂ ਡਿੱਗਦਾ ਡਿੱਗਦਾ 14,000 ਫੁੱਟ 'ਤੇ ਆਇਆ ਤਾਂ ਸਿਗਨਲ ਨੇੜਲੇ ਏਅਰਪੋਰਟ ਤੱਕ ਪਹੁੰਚ ਗਿਆ। 1:50 'ਤੇ ਇੰਨੀ ਹਾਹਾਕਾਰ ਤੋਂ ਬਾਅਦ ਪਾਇਲਟ ਨੇ ਜਹਾਜ਼ ਨੂੰ ਸੇਫਲੀ ਲੈਂਡ ਕਰਾ ਲਿਆ ਅਤੇ ਉਸ ਪਾਇਲਟ ਦਾ ਨਾਂ ਸੀ ਰੋਬਰਟ ਸਕੌਨਸ। ਉਸ ਪਾਇਲਟ ਨੂੰ ਉਹਨਾਂ ਦੇ ਹੁਨਰ ਲਈ ਵਾਹ ਵਾਹੀ ਮਿਲੀ। ਅਸਲ 'ਚ ਜਹਾਜ਼ਾਂ 'ਚ ਫਲਾਈਟ ਸਾਈਕਲ ਹੁੰਦਾ ਅਤੇ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਟੇਕ ਆਫ ਤੋਂ ਪਹਿਲਾਂ ਪਲੇਨ ਦੀ ਚੰਗੀ ਤਰ੍ਹਾਂ ਇੰਸਪੈਕਸ਼ਨ ਹੁੰਦੀ ਹੈ ਅਤੇ ਜ਼ਿਆਦਾਤਰ ਉੱਥੇ ਹੀ ਪਤਾ ਲੱਗ ਜਾਂਦਾ ਜੇ ਕੋਈ ਗੜਬੜੀ ਹੋਵੇ। ਪਰ ਇਹ ਘਟਨਾ ਹੋਈ ਕਿਉਂ? ਤਾਂ ਇਸ ਘਟਨਾ ਤੋਂ ਬਾਅਦ ਸਾਰੇ ਯਾਤਰੀਆਂ ਤੋਂ ਪੁੱਛਿਆ ਗਿਆ ਤਾਂ ਇੱਕ ਨੇ ਦੱਸਿਆ ਕਿ ਜਦੋਂ ਉਹ ਪਲੇਨ ਦੇ ਵਿੱਚ ਚੜ੍ਹ ਰਹੀ ਸੀ ਤਾਂ ਉਹਨੇ ਇੱਕ ਕ੍ਰੈਕ ਨੋਟਿਸ ਕੀਤਾ ਸੀ ਲੈਫਟ ਸਾਈਡ 'ਤੇ, ਪਰ ਉਹ ਇੰਨਾ ਛੋਟਾ ਸੀ ਕਿ ਉਹਨੇ ਜ਼ਿਆਦਾ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਕਿਸੇ ਨੂੰ ਦੱਸਣਾ ਜ਼ਰੂਰੀ ਸਮਝਿਆ। ਫਿਰ ਕੀ ਹੋਇਆ, ਉੱਪਰ ਅਸਮਾਨ 'ਚ ਹਵਾ ਦੇ ਜ਼ੋਰ ਨਾਲ ਉਸੇ ਕ੍ਰੈਕ ਨੇ ਫਟਣਾ ਸ਼ੁਰੂ ਕਰਤਾ ਅਤੇ ਹੌਲੀ ਹੌਲੀ ਪੂਰੀ ਛੱਤ ਨੂੰ ਫਾੜਤਾ ਉਹਨੇ। ਸੋ ਜੇ ਤੁਸੀਂ ਵੀ ਪਲੇਨ 'ਚ ਸਫ਼ਰ ਕਰਦੇ ਰਹਿੰਦੇ ਹੋ ਜਾਂ ਕਰਨ ਵਾਲੇ ਹੋ ਅਤੇ ਜੇ ਤੁਸੀਂ ਵੀ ਕੁਝ ਅਜਿਹਾ ਨੋਟਿਸ ਕਰੋ ਤਾਂ ਸਾਰਿਆਂ ਨੂੰ ਅਵੇਅਰ ਜ਼ਰੂਰ ਕਰ ਦਿਓ। 99% ਅਜਿਹਾ ਕੁਝ ਨਹੀਂ ਹੁੰਦਾ, ਪਰ ਮੈਂ ਤਾਂ ਉਸ 1% ਦੀ ਗੱਲ ਕਰ ਰਿਹਾ। ਜ਼ਿੰਦਗੀ 'ਚ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਬਾਏ ਦਾ ਵੇ, ਇਹ ਇੱਕ ਡਰਾਉਣੀ ਘਟਨਾ ਸੀ ਜੇ ਆਪਾਂ ਆਪਣੇ ਆਪ ਨੂੰ ਉੱਥੇ ਇਮੈਜਿਨ ਕਰਕੇ ਦੇਖੀਏ ਤਾਂ। ਸੋ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਬੈੱਲ ਆਈਕੋਨ ਨੂੰ ਔਨ ਕਰ ਦਿਓ। ਥੈਂਕ ਯੂ ਸੋ ਮੱਚ।